desire, burning like a fire. What you gonna do when it crumbles down? Watch it get higher, down to the wire. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਮੈਂ ਅਤੇ ਮੇਰੇ ਫਰੈਂਡ ਅੱਜ ਅਸੀਂ ਘੁੰਮਣ ਆਏ ਹੋਏ ਆ ਤਿਰਾਨੋ। ਤਿਰਾਨੋ ਕੀ ਦੇਖਣ ਨੂੰ ਹੈਗਾ ਆ ਤੁਹਾਡੇ ਸਾਹਮਣੇ ਆ, ਜਾਂ ਤੁਸੀਂ ਨਹੀਂ ਸਮਝੇ ਹਾਲੇ ਤੱਕ, ਹੈ ਨਾ? ਅਤੇ ਵੀਡੀਓ ਦੇ ਨਾਲ ਬਣੇ ਰਹੋ, ਤੁਹਾਨੂੰ ਮੈਂ ਦੱਸਦਾ ਆ ਕੀ ਚੀਜ਼ ਆ, ਕਿਹੜੀ ਚੀਜ਼ ਅਸੀਂ ਦੇਖਣ ਆਏ ਆ। ਤਿਰਾਨੋ ਬਾਰੇ ਥੋੜ੍ਹਾ ਜਿਹਾ ਦੱਸਦਾ ਆ। ਇਹ ਇਟਲੀ ਦਾ ਛੋਟਾ ਜਿਹਾ ਇੱਕ ਪਿੰਡ ਆ, ਸਵਿਟਜ਼ਰਲੈਂਡ ਦੇ ਬਾਰਡਰ ਦੇ ਲਾਗੇ ਪੈਂਦਾ ਆ, ਅਤੇ ਬਹੁਤ ਸੋਹਣਾ ਪਿੰਡ ਆ। ਇੱਥੇ ਠੰਡ ਯਾਨੀ ਕਿ ਕਾਫੀ ਹੁੰਦੀ ਆ, ਹੁਣ ਵੀ ਠੰਡ ਕਾਫੀ ਆ, ਅਤੇ ਸਵਿਟਜ਼ਰਲੈਂਡ ਦੇ ਲਾਗੇ ਆ। ਜੇ ਤੁਸੀਂ ਹਾਲੇ ਵੀ ਨਹੀਂ ਸਮਝੇ, ਤੁਹਾਨੂੰ ਮੈਂ ਸਮਝਾਉਂਦਾ ਹਾਂ ਕੀ ਕਰਨ ਆਏ ਆ, ਕੀ ਦੇਖਣ ਆਏ ਆ ਅਸੀਂ ਇੱਥੇ। ਉਦੋਂ ਤੱਕ ਤੁਸੀਂ ਥੋੜ੍ਹਾ ਬਹੁਤ ਤਿਰਾਨੋ ਦੇਖੋ, ਅਤੇ ਬਾਅਦ 'ਚ ਤੁਹਾਨੂੰ ਦਿਖਾਉਂਦੇ ਹਾਂ, ਵੀਡੀਓ ਨਾਲ ਬਣੇ ਰਹੋ। ਇਸ ਟਾਈਮ ਘੁੰਮ ਰਿਹਾ ਉਹ ਹੈਗਾ ਤਿਰਾਨੋ ਦਾ ਛੋਟਾ ਜਿਹਾ ਸੈਂਟਰ। ਜ਼ਿਆਦਾਤਰ ਇਟਲੀ 'ਚ ਜਿੰਨੇ ਵੀ ਸੈਂਟਰ ਏਰੀਏ ਹੈਗੇ ਆ ਨਾ, ਉੱਥੇ ਤੁਹਾਨੂੰ ਚਰਚ ਜ਼ਰੂਰ ਮਿਲੇਗਾ। ਅਤੇ ਤੁਸੀਂ ਮੇਰੇ ਪਿੱਛੇ ਤਿਰਾਨੋ ਦਾ ਚਰਚ ਦੇਖ ਸਕਦੇ ਹੋ। ਅਤੇ ਛੋਟਾ ਜਿਹਾ ਪਿੰਡ ਆ, ਤੋ ਜ਼ਿਆਦਾ ਇੰਨਾ ਵੱਡਾ ਪਿੰਡ ਨਹੀਂ ਗਾ, ਛੋਟਾ ਆ। ਬਟ ਇੱਥੇ ਜਿਹੜੀ ਚੀਜ਼ ਸਭ ਤੋਂ ਸੋਹਣੀ ਆਪਾਂ ਕਹਿ ਸਕਦੇ ਹਾਂ ਕਿ ਹੈ, ਉਹ ਤੁਹਾਨੂੰ ਮੈਂ ਦਿਖਾਉਂਦਾ। ਬਟ ਪਹਿਲੇ ਤੁਸੀਂ ਚਰਚ ਦੇਖੋ। ਜਾਂ ਤੁਸੀਂ ਤਿਰਾਨੋ ਗੱਡੀ 'ਚ ਆ ਰਹੇ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਗੀ, ਕਿਉਂਕਿ ਜ਼ਿਆਦਾਤਰ ਇੱਥੇ ਪਾਰਕਿੰਗਾਂ ਜਿਹੜੀਆਂ ਫ੍ਰੀ ਆ ਉਹ ਮਿਲ ਜਾਂਦੀਆਂ। ਅਸੀਂ ਵੀ ਸਟੇਸ਼ਨ ਦੇ ਬਿਲਕੁਲ ਲਾਗੇ, ਬਿਲਕੁਲ ਸਟੇਸ਼ਨ ਦੇ ਲਾਗੇ, ਸਾਹਮਣੇ ਬਿਲਕੁਲ ਸਟੇਸ਼ਨ ਦੇ ਅਸੀਂ ਗੱਡੀ ਪਾਰਕਿੰਗ ਲਗਾਈ ਆ ਅਤੇ ਫ੍ਰੀ ਆ। ਪਰ ਉਹਦਾ ਅੱਜ ਸੰਡੇ ਵੀ ਆ, ਸੰਡੇ ਜ਼ਿਆਦਾਤਰ ਪਾਰਕਿੰਗਾਂ ਫ੍ਰੀ ਹੁੰਦੀਆਂ ਆ। ਬਟ ਮੈਂ ਦੇਖ ਰਿਹਾ ਤਿਰਾਨੋ ਥੋੜ੍ਹਾ ਬਹੁਤ ਪੈਦਲ ਘੁੰਮ ਕੇ ਹੈਗੀਆਂ ਆ, ਇੱਥੇ ਫ੍ਰੀ ਪਾਰਕਿੰਗ ਹੈ ਕਾਫੀ, ਸੋ ਗੱਡੀ 'ਚ ਜਾਣ ਨੇ ਉਹ ਪਾਰਕਿੰਗ ਦੀ ਪ੍ਰੋਬਲਮ ਹੋਵੇਗੀ। ਤੁਸੀਂ ਹਾਲੇ ਵੀ ਨਹੀਂ ਸਮਝੇ ਤਾਂ ਤੁਹਾਨੂੰ ਮੈਂ ਸਮਝਾ ਦਿੰਦਾ ਕਿ ਅਸੀਂ ਆਏ ਆ ਬਰਨੀਨਾ ਐਕਸਪ੍ਰੈਸ ਦਾ ਝੂਟਾ ਲੈਣ। ਬਟ ਬਰਨੀਨਾ ਐਕਸਪ੍ਰੈਸ ਦੋ ਤਰ੍ਹਾਂ ਦੀ ਹੈ ਇੱਥੇ, ਯਾਦ ਰੱਖਿਓ ਕਿ ਇੱਕ ਹੈਗੀ ਆ ਰਿਜੋਨਲ ਹੈ ਜਿਹੜੀ ਕਿ ਇਟਲੀ ਦੀ ਆ, ਉਹਦਾ ਫਰਕ ਇੰਨਾ ਹੈ ਕਿ ਖਿੜਕੀਆਂ ਆਪਾਂ ਖੋਲ ਸਕਦੇ ਆ ਅਤੇ ਸਸਤੀ ਵੀ ਪੈਂਦੀ ਆ, ਸਾਨੂੰ 70 ਯੂਰੋ ਆਉਣ ਜਾਣ ਦੀ ਟਿਕਟ ਪਈ ਆ। ਅਤੇ ਜੇ ਤੁਸੀਂ ਲੈਂਦੇ ਹੋ ਬਰਨੀਨਾ ਐਕਸਪ੍ਰੈਸ ਸਵਿਟਜ਼ਰਲੈਂਡ ਵਾਲਿਆਂ ਦੀ, ਉਹ ਤੁਹਾਨੂੰ ਮਹਿੰਗੀ ਵੀ ਪੈਂਦੀ ਆ, ਤੁਸੀਂ ਖਿੜਕੀਆਂ ਵੀ ਨਹੀਂ ਖੋਲ ਸਕਦੇ ਅਤੇ ਤੁਸੀਂ ਪੂਰੇ ਪੂਰੇ ਸਟੇਸ਼ਨਾਂ 'ਤੇ ਉੱਤਰ ਵੀ ਨਹੀਂ ਸਕਦੇ। ਅਤੇ ਜੇ ਤੁਸੀਂ ਇਟਾਲੀਅਨ ਲੈਂਦੇ ਹੋ ਕਿਸੇ ਵੀ ਸਟੇਸ਼ਨ 'ਤੇ ਉੱਤਰ ਸਕਦੇ ਹੋ, ਚੜ੍ਹ ਸਕਦੇ ਹੋ, ਟਿਕਟ ਪੂਰਾ ਦਿਨ ਵੈਲਿਡ ਹੁੰਦੀ ਆ, ਅਤੇ ਯਾਨੀ ਕਿ ਪਿਊ ਫਲੈਕਸ ਹੋ ਤੁਸੀਂ, ਠੀਕ ਆ ਨਾ? ਬਟ ਅਸੀਂ ਲਈ ਆ ਹਾਂ ਇਟਾਲੀਅਨ ਰੈਜੋਨਲ ਹੈ, ਠੀਕ ਆ ਨਾ? ਆਓ ਦੇਖਦੇ ਹਾਂ, ਘੁੰਮਦੇ ਹਾਂ, ਦੇਖਣ ਨੂੰ ਕੀ ਮਿਲਦਾ। ਪਹਿਲੀ ਵਾਰ ਆਏ ਆ, ਨਾਲ ਮੇਰੇ ਰਵੀ ਵੀ ਹੈਗਾ ਆ, ਸੰਜੇ ਹੁਣੇ ਟਿਕਟ ਲੈ ਰਹੇ ਆ। ਹਾਂ ਟਿਕਟ ਮਿਲ ਗਈ, ਟ੍ਰੇਨ ਖੜ੍ਹੀ ਆ। ਪਹਿਲੀ ਅਸੀਂ ਟ੍ਰੇਨ ਨੰਘਾਲੀ ਸੀਗੀ, ਫੋਟੋਆਂ ਖਿੱਚਦੇ ਆ ਨੇ, ਥੋੜ੍ਹਾ ਬਹੁਤ ਘੁੰਮਦੇ ਆ ਨੇ। ਹੈਗੀ ਆ ਮੀਰਾ ਲਾਗੋ,
ਇੱਥੇ ਵੀ ਉਹਦਾ ਉਤਰਨਾ ਬਣਦਾ ਸੀਗਾ ਪਰ ਸਾਡੇ ਤੋਂ ਟਾਈਮ ਲਿਮਿਟਡ ਆ ਅਤੇ ਅਸੀਂ ਉਤਰ ਕੇ ਘੁੰਮੇ ਨਹੀਂ ਬਟ ਕੋਈ ਗੱਲ ਨਹੀਂ ਕੁਛ ਚੀਜ਼ਾਂ ਅਗਲੀ ਵਾਰ ਲਈ ਵੀ ਰੱਖਣੀਆਂ ਚਾਹੀਦੀਆਂ ਸਾਰੇ ਜਾਣੇ ਵਿਊ ਦਾ ਨਜ਼ਾਰਾ ਲੈ ਰਹੇ ਆ ਮੇਰੇ ਨਾਲ ਜਿੰਨੇ ਵੀ ਆਏ ਹੋਏ ਆ ਵਿਊ ਦੇ ਨਜ਼ਾਰੇ ਲੈਣ ਵੀ ਕਿਉਂ ਨਾ ਕਿਉਂਕਿ ਇਹ ਜਿਹੜੀ ਟ੍ਰੇਨ ਆ ਉਹ ਤੁਹਾਨੂੰ ਇੱਦਾਂ ਦੇ ਵਿਊ ਦਿਖਾਉਂਦੀ ਆ ਕਿ ਜਿਹੜੇ ਤੁਸੀਂ ਸ਼ਾਇਦ ਕਦੀ ਕਿਤੇ ਦੇਖੇ ਵੀ ਹੋਣ ਨਾ ਅਤੇ ਇਹ ਜਿਹੜੀ ਟ੍ਰੇਨ ਆ ਤਿਰਾਨੋ ਪਿੰਡ ਤੋਂ ਚੱਲਦੀ ਜਿਹੜੀ ਸੰਤ ਮੋਰਿਸ ਨਾਮ ਸਵਿਟਜ਼ਰਲੈਂਡ ਦੇ ਪਿੰਡ 'ਚ ਜਾ ਕੇ ਰੁਕਦੀ ਆ ਇਹ 3 ਘੰਟੇ ਦਾ ਸਫ਼ਰ ਆਪਣਾ ਪੂਰਾ ਕਰਦੀ ਆ ਅਤੇ 3 ਘੰਟੇ ਤੁਹਾਨੂੰ ਸਿਰਫ ਵਿਊ ਅਤੇ ਵਿਊ ਹੀ ਦਿਸਦੇ ਨੇ ਤੁਸੀਂ ਕਦੀ ਇੱਧਰਲੀ ਸੀਟ 'ਤੇ ਕਦੀ ਉੱਧਰਲੀ ਸੀਟ 'ਤੇ ਤੁਹਾਨੂੰ ਵਿਊ ਹੀ ਦਿਸਣਗੇ ਥੱਲੇ ਉਹ ਦੇਖ ਸਕਦੇ ਹੋ ਲੇਕ ਆ ਪੂਰੀ ਦੀ ਪੂਰੀ ਲੇਕ ਜੰਮੀ ਹੋਈ ਆ ਬੜੇ ਸੋਹਣੇ ਵਿਊ ਦਾ ਨਜ਼ਾਰਾ ਲੈਂਦੇ ਹੋਏ ਅਸੀਂ ਹੁਣ ਡਿਸਾਈਡ ਕੀਤਾ ਸੀਗਾ ਕਿ ਆਲਪੋ ਗਰੂਮ ਜਿਹੜਾ ਸਟੇਸ਼ਨ ਆ ਨਾ ਆਲਪੋ ਗਰੂਮ ਇਹ ਸਟੇਸ਼ਨ ਆ ਕਮ ਸੇ ਕਮ 2091 ਮੀਟਰ ਦੀ ਉਚਾਈ 'ਤੇ ਅਸੀਂ ਹੈਗੇ ਹਾਂ ਇਸ ਟਾਈਮ ਖੜ੍ਹੇ ਅਸੀਂ ਸੋਚਿਆ ਸੀਗਾ ਉੱਥੇ ਰੁਕਾਂਗੇ ਉੱਥੇ ਰੁਕ ਕੇ ਖਾਵਾਂ ਪੀਵਾਂਗੇ ਅਤੇ ਫਿਰ ਅੱਗੇ ਜਾਵਾਂਗੇ ਹੁਣ ਤੁਸੀਂ ਦੇਖ ਹੀ ਰਹੇ ਹੋ ਵਿਊ ਕਿੰਨਾ ਸੋਹਣਾ ਆ ਰਿਹਾ ਠੀਕ ਆ ਆਲੇ ਦੁਆਲੇ ਪਹਾੜੀ ਪਹਾੜ ਪਾਈ ਹੋਈ ਹੈ ਅਤੇ ਖਾਣ ਪੀਣ ਦਾ ਵੀ ਰੈਸਟੋਰੈਂਟ ਉਹ ਸਾਡੇ ਸਾਹਮਣੇ ਹੀ ਹੈ ਬਿਲਕੁਲ ਸਟੇਸ਼ਨ ਦੇ ਅਤੇ ਖਾਂਦੇ ਪੀਂਦੇ ਹਾਂ ਅਤੇ ਉੱਥੇ ਦੇ ਰੇਟ ਵੀ ਦੇਖਦੇ ਹਾਂ ਕਿਉਂਕਿ ਆਪਾਂ ਸਵਿਟਜ਼ਰਲੈਂਡ 'ਚ ਐਂਟਰ ਹੋ ਚੁੱਕੇ ਹੋਏ ਹਾਂ ਅਤੇ ਸਵਿਟਜ਼ਰਲੈਂਡ ਥੋੜ੍ਹਾ ਜਿਹਾ ਇਟਲੀ ਨਾਲੋਂ ਮਹਿੰਗਾ ਹੋਣ ਕਰਕੇ ਖਾਣਾ ਪੀਣਾ ਥੋੜ੍ਹਾ ਜਿਹਾ ਮਹਿੰਗਾ ਆ ਇੱਥੇ ਸੋ ਦੇਖਦੇ ਹਾਂ ਕੀ ਰੇਟ ਆ ਇੱਥੇ ਦੇ ਘੁੰਮਣ ਫਿਰਨ ਅਸੀਂ ਅੱਗੇ ਜਾ ਨਹੀਂ ਰਹੇ ਕਿਉਂਕਿ ਇੱਕ ਤਾਂ ਬਰਫ ਜੰਮੀ ਬਹੁਤ ਜ਼ਿਆਦਾ ਪਈ ਹੈ ਅਤੇ ਬੂਟ ਸਾਡੇ ਤੋਂ ਅਸੀਂ ਟੋਰਚ ਕੀ ਨਹੀਂ ਲੈ ਬੂਟ ਹੀ ਦੂਸਰੇ ਪਾ ਕੇ ਆਏ ਹੋਏ ਹਾਂ ਬਟ ਮੈਂ ਹਾਂ ਹੋਟਲ ਦੇ ਰੇਟ ਦੇਖਿਆ ਮਹਿੰਗੇ ਆ ਰੈਸਟੋਰੈਂਟ ਵੀ ਬਹੁਤ ਮਹਿੰਗਾ ਆ ਹੋਟਲ ਜਾਂ ਤੁਸੀਂ ਇੱਥੇ ਰਹਿਣਾ ਹੋਵੇ ਰਹਿ ਵੀ ਸਕਦੇ ਹੋ ਉਹਦਾ ਨਹੀਂ ਮੈਂ ਰੇਟ ਦੇਖਿਆ ਬਟ ਖਾਣ ਪੀਣ ਦੇ ਰੇਟ ਮਹਿੰਗੇ ਆ ਕਿਉਂਕਿ ਇੱਕ ਪਲੇਟ ਜਿਹੜੀ ਆ ਉਹ 20 ਯੂਰੋ ਤੋਂ ਜਾਂਦੀ ਪਈ ਆ ਸਟਾਰਟ ਹੋ ਰਹੀ ਆ ਅਤੇ ਕੌਫੀ ਜਾਂ ਪੀਣੀ ਆ 5 ਯੂਰੋ ਦੀ ਕੌਫੀ ਆ ਉਹੀ ਜੋ ਸਵਿਟਜ਼ਰਲੈਂਡ ਦੇ ਰੇਟ ਹੈਗੇ ਆ ਸੋ ਅਸੀਂ ਕੁਛ ਨਹੀਂ ਖਾਣਾ ਸਭ ਮੋਰਿਸ ਜਾ ਕੇ ਦੇਖਾਂਗੇ ਕੁਛ ਖਾਣ ਨੂੰ ਤਾਂ ਸਾਨੂੰ ਮਿਲਦਾ ਆ ਵਧੀਆ ਜਿਹਾ ਇੱਕ ਘੰਟਾ ਖਰਾਬ ਕੀਤਾ ਸੀ ਇੱਥੇ ਚੱਲ ਪਹਿਲੀ ਵਾਰ ਆਏ ਕਿਹੜਾ ਪਤਾ ਲੱਗਦਾ ਹੈ ਹਾਂ ਕਦ ਟੈਨਸ਼ਨ ਲੈਣਾ You get higher down to the wire. Will you let it burn till we almost drown? Higher, goodbye, honey. Where do we lie? Where you're headed? Am I going there too? I don't wanna ask why. Wanna give this a try with you. And if you wanna go, I'll follow. I won't let you go alone. Cause it's a big pill to swallow. Do it on your own And if you wanna go, I'll follow I won't let you go alone I don't care what happens now When we go, I'll find how if you wanna go, I'll follow You don't see the white, white thing here the sari lake is just jammy
ਜੀ ਆਪਾਂ ਪਹੁੰਚ ਗਏ ਆ ਸੰਤ ਮੋਰਿਸ। ਉਤਰਨ ਦਾ ਟਾਈਮ ਆ ਗਿਆ ਏ, ਪਰ ਉਹ ਬ੍ਰਿਜ ਨਹੀਂ ਆਇਆ ਜਿਹੜਾ ਦੇਖਣਾ ਸੀ। ਉਲਟਿਮਾ ਫਰਮਾ ਤਰਗਤ ਸੀ ਆਖਰੀ ਟ੍ਰੇਨ ਨਾਲੋਂ ਨਾ ਉਤਰਿਆ ਉਲਟਿਮਾ ਪਹਿਲੂ ਉਲਟਿਮਾ ragazzi ce l'abbiamo tutto no? एक बार उतरन तो पहला देख लेना चाहिए था कि सारा सामान पहला कहीं रहेगा। चलो सब मॉरिस को मिलेंगे।